ਲੁਧਿਆਣਾ ਗੈਸਪੁਰਾ ਢੰਡਾਰੀ ਸ਼ੇਰਪੁਰ ਪ੍ਰਤਾਪ ਚੌਂਕ ਜਮਾਲਪੁਰ ਚੌਂਕ ਵਿੱਚ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਆਪਣੀਆਂ ਪ੍ਰਾਈਵੇਟ ਬੱਸਾਂ ਯੂਪੀ ਬਿਹਾਰ ਰਾਜਸਥਾਨ ਅਤੇ ਨੇਪਾਲ ਸਮੇਤ ਕਈ ਹੋਰ ਸੂਬਿਆਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚਲਾ ਰੱਖੀਆਂ ਨੇ। ਇਹਨਾਂ ਦੇ ਵਿੱਚੋਂ ਕੁਝ ਕੋਲ ਟੂਰਿਸਟ ਪਰਮਿਟ ਅਤੇ ਕੁਝ ਕੋਲ ਕੋਈ ਵੀ ਕਾਗਜ਼ ਨਹੀਂ ਹੈ, ਪਰ ਇਹਨਾਂ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਰਕਾਰੀ ਜਗ੍ਹਾ ਤੇ ਆਪਣੇ ਹੀ ਪ੍ਰਾਈਵੇਟ ਬੱਸ ਅੱਡੇ ਖੋਲ ਰੱਖੇ ਨੇ, ਜਿੱਥੇ ਇਹਨਾਂ ਦੇ ਕਰਿੰਦੇ ਸ਼ਰੇਆਮ ਟਿਕਟਾਂ ਕੱਢਦੇ ਨੇ। ਇਹ ਲੋਕ ਟੈਕਸ ਚੋਰੀ ਕਰਕੇ ਜਿੱਥੇ ਸਰਕਾਰ ਦੇ ਰੈਵੈਨਿਊ ਨੂੰ ਚੂਨਾ ਲਾ ਰਹੇ ਨੇ ਉੱਥੇ ਇਸ ਨਾਲ ਗਰੀਬ ਪ੍ਰਵਾਸੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਕਰ ਰਹੇ ਨੇ। ਲੁਧਿਆਣਾ ਲਾਈਵ ਲਈ ਟਿੰਕਾ ਚੌਧਰ ਦੀ ਰਿਪੋਰਟ। ਗੱਲ ਤਾਂ ਸਭ ਤੋਂ ਵੱਡੀ ਇਹ ਹੈ, ਇੱਕ ਸਰਕਾਰੀ ਜਗ੍ਹਾ ਹੋਣ ਦੇ ਨਾਤੇ, ਗਲਾਡਾ ਦੀ ਸਰਕਾਰੀ ਜ਼ਮੀਨਾਂ ਦੇ ਉੱਤੇ ਇਹਨਾਂ ਪ੍ਰਾਈਵੇਟ ਬੰਦਿਆਂ ਵੱਲੋਂ ਆਪਣੇ ਬੱਸਾਂ ਲਾ ਕੇ ਉੱਥੇ ਪੈਸੇ ਕਮਾਏ ਜਾ ਰਹੇ ਨੇ। ਕਿਆ ਗਲਾਡਾ ਦੇ ਅਫਸਰਾਂ ਨੂੰ ਨਹੀਂ ਪਤਾ ਲੱਗਦਾ ਵੀ ਕਿ ਤੁਹਾਡੀ ਸਰਕਾਰੀ ਜ਼ਮੀਨਾਂ ਦੇ ਉੱਤੇ ਪ੍ਰਾਈਵੇਟ ਬੰਦੇ ਆ ਕੇ ਖੜ੍ਹੇ ਹੋ ਕੇ ਉੱਥੇ ਤਾਂ ਆਪਣੀ ਬੱਸਾਂ ਲਾ ਕੇ ਪੈਸੇ ਕਮਾ ਰਹੇ ਨੇ? ਕਿਆ ਅਫਸਰ ਵੀ ਮਿਲੇ ਹੋਏ ਨੇ? ਸਵਾਲ ਦੋ ਖੜ੍ਹੇ ਹੁੰਦੇ, ਜਾਂ ਅਫਸਰ ਮਿਲੇ ਹੋਏ ਜਾਂ ਅਫਸਰਾਂ ਨੂੰ ਪਤਾ ਨਹੀਂ ਹੈਗਾ। ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਘਟਨਾ ਹੋਈ ਆ, ਇਹਨਾਂ ਬੱਸਾਂ ਦੀ ਕੋਈ ਚੈਕਿੰਗ ਨਹੀਂ। ਕਿਆ ਇਹਦੇ ਵਿੱਚ ਪਹਿਲਾਂ ਸਾਡਾ ਵੀ, ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹਨਾਂ ਦੇ ਵਿੱਚ ਹਥਿਆਰ ਤਾਂ ਨਹੀਂ ਸਪਲਾਈ ਹੋ ਰਿਹਾ, ਯੂਪੀ ਤੋਂ ਬੱਸਾਂ ਜਾਂਦੀਆਂ ਨੇ ਜੰਮੂ ਤੱਕ ਜਾਂਦੀਆਂ ਨੇ, ਤਾਂ ਅੱਤਵਾਦੀਆਂ ਨੂੰ ਕਿਤੇ ਕਿਤੇ ਇਹ ਵੀ ਪ੍ਰਮੋਟ ਕਰ ਰਹੇ ਨੇ। ਮੈਂ ਤਾਂ ਅੱਜ DC ਸਾਹਿਬ ਨੂੰ ਇਹੀ ਗੱਲ ਕਹਿਣ ਆਇਆ ਕਿ ਦੇਖੋ ਜੀ, RTO ਸਾਹਿਬ ਨੂੰ ਵੀ ਅਸੀਂ ਮੈਮੋਰੈਂਡਮ ਦਿੱਤਾ ਸੀਗਾ, ਅੱਜ ਦੁਬਾਰਾ ਫਿਰ ਤੁਹਾਡੇ ਦਰਬਾਰ ਦੇ ਉੱਤੇ ਆ ਕੇ ਖੜ੍ਹੇ ਹੋਏ ਹਾਂ ਲੈ ਕੇ ਮੰਗ ਪੱਤਰ। ਜੇ ਇਹਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਮੇਰੇ ਵੱਲੋਂ ਇੱਥੇ ਅਨਸ਼ਨ 'ਤੇ ਬੈਠਿਆ ਜਾਵੇਗਾ ਬਹੁਤ ਜਲਦ। ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ। ਮੇਰੇ ਵੱਲੋਂ ਪਹਿਲਾਂ ਸ਼ਿਵ ਸੈਨਾ ਸਮਾਜਵਾਦੀ ਦੇ ਟੀਮ ਦਾ ਪੰਜਾਬ ਪ੍ਰਵਕਤਾ ਹੋਣ ਦੇ ਨਾਤੇ ਮੈਂ ਠਾਕੁਰ ਹਿਮਾ ਪ੍ਰਤਾਪ ਸਿੰਘ ਲਗਾਤਾਰ ਸ਼ਿਵ ਸਮਾਜਵਾਦੀ ਦਾ ਅਸੀਂ ਮੁੱਦਾ ਅਸੀਂ ਲਗਾਤਾਰ ਚੱਕ ਰਹੇ ਹਾਂ ਕਿ ਟਰਾਂਸਪੋਰਟ ਦੇ ਮੈਟਰ ਦੇ ਉੱਪਰ ਜੋ ਉਹਦੇ 2 ਨੰਬਰ ਦੀ ਧਾਂਦਲੀ ਹੋ ਰਹੀ ਹੈ, ਜਿਹੜੀ ਲਗਾਤਾਰ ਅਸੀਂ ਮੈਮੋਰੈਂਡਮ ਦੇ ਰਹੇ ਹਾਂ ADCP ਸਾਹਿਬ ਨੂੰ ਦੇ ਰਹੇ ਹਾਂ, ਅਸੀਂ RTO ਸਾਹਿਬ ਜਿਹੜੇ ਮਾਣਯੋਗ ਰਣਦੀਪ ਸਿੰਘ ਜੀ ਨੇ 4 ਮਹੀਨੇ ਲਗਾਤਾਰ ਉਹਨਾਂ ਨੇ ਨੋਟਿਸ ਦੇ ਵਿੱਚ ਵੀ ਲੈ ਕੇ ਆ ਰਹੇ ਹਾਂ, ਪਰ ਕਾਰਵਾਈ ਬਿਲਕੁਲ ਵੀ ਇਹਨਾਂ 0 ਲੈਵਲ 'ਤੇ ਗਰਾਊਂਡ ਲੈਵਲ 'ਤੇ ਹੋ ਰਹੀ ਆ, ਕਿਉਂ ਨਹੀਂ ਹੋ ਰਹੀ ਕਾਰਵਾਈ? ਅਸੀਂ ਚਾਹੁੰਦੇ ਹਾਂ ਕਿ ਜੇ DC ਸਾਹਿਬ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਸਖਸ਼ੀ ਸਾਨੀ ਜੀ ਨੂੰ ਕਿ ਜੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ, ਜੇ ਅਸੀਂ ਕੋਈ ਹੱਕ ਦੀ ਸੱਚ ਦੀ ਆਵਾਜ਼ ਚੱਕ ਰਹੇ ਹਾਂ ਤਾਂ ਕਾਰਵਾਈ ਕਿਉਂ ਨਹੀਂ ਹੋ ਰਹੀ? ਇਲੀਗਲ ਤਰੀਕੇ ਨਾਲ ਜਿਹੜਾ ਕਹਿੰਦੇ ਨੇ ਕਿ 1.25 ਲੱਖ ਰੁਪਏ ਦਾ ਇਕੱਲੇ ਇਕੱਲੇ ਪੰਜਾਬ ਦੇ ਵਪਾਰੀ ਦੇ ਉੱਪਰ, ਪੰਜਾਬ ਇਕੱਲੇ ਇਕੱਲੇ ਬੰਦੇ ਦੇ ਉੱਪਰ ਜਿਹੜਾ ਕਰਜ਼ਾ ਚੜਿਆ ਹੋਇਆ, ਉਹਦਾ ਕਾਰਨ ਮੁੱਖ ਕਾਰਨ ਜਿਹੜਾ ਟਰਾਂਸਪੋਰਟ ਦਾ ਵੀ ਬਣਦਾ, ਕਰਿੰਦੇ ਨੇ ਜਿਹੜੇ ਬਲੈਕ ਮਨੀ ਜਿਹੜੀ ਚੱਲਦੀ ਹੈ, ਜੋ 2 ਨੰਬਰ ਧਾਂਦਲੀ ਚੱਲਦੀ ਪਈ ਹੈ, ਕਿਉਂਕਿ ਇਹਨਾਂ ਜਿਹੜੀਆਂ ਨੇ ਅਲੱਗ ਅਲੱਗ ਚੌਂਕਾਂ ਦੇ ਜਿਹੜੀਆਂ ਬੱਸਾਂ ਲੱਗਦੀਆਂ ਨੇ, ਬੱਸਾਂ ਲੱਗਣ ਦਾ ਕਹੀ ਕਿ ਟਿਕਟ ਜਿਹੜੀ ਹੈ ਉਹ ਟਿਕਟ ਇਲੀਗਲ ਤਰੀਕੇ ਨਾਲ ਹੈ। ਇੱਕ ਇੱਕ ਬੱਸ ਦੇ ਵਿੱਚ 50-50 ਬੰਦੇ ਦੀ ਗੈਦਰਿੰਗ ਹੋਣ ਦੇ ਬਾਵਜੂਦ ਵੀ 100-120 ਬੰਦਿਆਂ ਦੀ ਭਰ ਭਰ ਕੇ ਠੂਸ ਠੂਸ ਕੇ ਲੈ ਕੇ ਜਾਂਦੇ ਨੇ ਭਰ ਕੇ। ਉਸ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੈ, ਜੇ ਅਚਾਨਕ ਇੱਕ ਐਕਸੀਡੈਂਟ ਹੋ ਜਾਵੇ, ਇੱਕ ਪੰਜਾਬ ਦੇ ਵਿੱਚ ਕੋਈ ਭਾਣਾ ਇਹੋ ਜਿਹਾ ਵਰਤ ਜਾਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਕਿਉਂਕਿ ਜੇ ਅਸੀਂ ਬੱਸਾਂ ਦੇ ਵਿੱਚ ਜਾਂ ਕਿ ਐਕਸੀਡੈਂਟ ਹੁੰਦਾ ਜਾਂ ਉਹਦੇ 10-15 ਬੰਦੇ ਦੀ ਜੇ ਮ੍ਰਿਤਿਊ ਹੋ ਜਾਵੇ ਜਾਂ ਦੇਹਾਂਤ ਕਿਸੇ ਦਾ ਹੋ ਜਾਵੇ ਤਾਂ ਕਿਸੇ ਨੂੰ ਕੀ ਮੁਆਵਜ਼ਾ ਮਿਲੇਗਾ? ਸਭ ਤੋਂ ਵੱਡੀ ਗੱਲ ਜਾਂਚ ਦਾ ਵਿਸ਼ਾ ਆ। ਪਿੱਛੇ ਜੇ ਵੀ ਇੱਕ ਕਾਂਡ ਹੋਇਆ ਵਾ, ਹੁਣ ਪਿੱਛੇ ਵੀ ਆਪਣੀ ਯੂਪੀ ਦੇ ਵਿੱਚ ਵੀ ਬੱਸ ਦਾ ਜਿਹੜੀ ਜੰਮੂ ਤੋਂ ਬੱਸ ਚੱਲੀ ਸੀਗੀ ਜਿਹੜੀ ਯੂਪੀ ਦੇ ਵਿੱਚ ਹੋਈ ਹੈ, ਗਈ ਲੁਧਿਆਣੇ ਵਿੱਚੋਂ ਹੋ ਕੇ ਗਈ ਹੈ, ਜਲੰਧਰ ਦੇ ਵਿੱਚ ਹੋ ਕੇ ਗਈ ਹੈ। ਇਲੀਗਲ ਬੱਸ ਜਿਹੜੀ ਗਈ ਹੈ ਜਾਂ ਕਿ ਯੂਪੀ ਦੇ ਵਿੱਚ ਜਿਹੜਾ ਉਹ ਜਾ ਕੇ ਬੱਸ ਜਿਹੜੀ ਹੈ ਕਿਤੇ ਡਿੱਗ ਜਾਂਦੀ ਹੈ, ਉਹਦੇ 10-12 ਬੰਦੇ ਵਿਅਕਤੀ ਦੀ ਮ੍ਰਿਤਿਊ ਹੋ ਜਾਂਦੀ ਹੈ, ਕੀ ਉਹਨੂੰ ਮੁਆਵਜ਼ਾ ਮਿਲਿਆ? ਨਹੀਂ ਮਿਲਿਆ। ਅਸੀਂ ਇਹੀ ਚਾਹੁੰਦੇ ਹਾਂ ਕਿ ਜਾਂ ਕਿ ਸਾਡੀ ਜਿਹੜੀ ਆਵਾਜ਼ ਹੈ ਪੰਜਾਬ ਦੇ ਵਿੱਚ, ਲੁਧਿਆਣੇ ਦੇ ਵਿੱਚ ਜਿਹੜੀ ਬੱਸਾਂ ਜਿਹੜੀਆਂ ਇਹ ਬੰਦ ਹੋਣੀ ਚਾਹੀਦੀਆਂ ਨੇ। ਅਸੀਂ DC ਸਾਹਿਬ ਨੂੰ ਇਹੀ ਮੈਮੋਰੈਂਡਮ ਦੇਣਾ ਚਾਹੁੰਦੇ ਹਾਂ ਕਿ RTO ਸਾਹਿਬ ਜਿਹੜੇ ਆਪਣੇ ਰਣਦੀਪ ਸਿੰਘ ਜੀ ਨੇ ਕਾਰਵਾਈ ਕਿਉਂ ਨਹੀਂ ਕਰਦੇ, ਸਾਡਾ ਫੋਨ ਕਿਉਂ ਨਹੀਂ ਚੱਕਦੇ ਪਏ ਆ? ਅਸੀਂ ਲੋਕੇਸ਼ਨਾਂ ਦੇ ਹਿਸਾਬ ਨਾਲ ਲਗਾਤਾਰ ਲੋਕੇਸ਼ਨ ਵੀ ਪਾਉਂਦੇ ਹਾਂ, ਪਲੱਸ ਅਸੀਂ ਦੱਸਦੇ ਵੀ ਹਾਂ ਅਸੀਂ ਜਾ ਕੇ, ਅਸੀਂ ਆਪਣੇ ਅੱਗੇ ਅਸੀਂ ਅੱਗੇ ਸ਼ਿਵ ਸੈਨਾ ਸਮਾਜਵਾਦੀ ਟੀਮ ਫਰੰਟ 'ਤੇ ਹੋ ਕੇ ਆਉਂਦੀ ਹਮੇਸ਼ਾ, ਅਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡੀ ਆਵਾਜ਼ ਦਬਾਉਣ ਵਾਲਾ ਕੌਣ ਹੈ? ਸਾਡੇ 'ਤੇ ਐਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪੱਤਰਕਾਰਾਂ 'ਤੇ ਐਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਤਾਂ ਜੀ ਹਫ਼ਤਾ ਲੈਂਦੇ ਨੇ 2 ਨੰਬਰ ਦਾ ਕੰਮ ਕਰਦੇ ਨੇ, ਜੇ ਅਸੀਂ ਆਵਾਜ਼ ਚੱਕਦੇ ਹਾਂ ਤਾਂ ਸਾਡੀ ਆਵਾਜ਼ ਦਬਾਉਣ ਵਾਲਾ ਕੌਣ?